ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਆਪਣੇ ਯੂਟਿਊਬ ਚੈਨਲ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ ਤੋਂ ਮੈਂ ਗੁਰਪ੍ਰੀਤ ਦਬੜੀ ਖਾਨਾ। ਅੱਜ ਮੌਜੂਦ ਹਾਂ 21 ਮਰਲੇ ਅੰਮ੍ਰਿਤ ਬਗੀਚੀ ਭਾਈ ਬਹਿਲੋ ਕੁਦਰਤੀ ਖੇਤੀ ਫਾਰਮ ਪਿੰਡ ਭਗਤਾ ਭਾਈਕਾ ਵਿਖੇ ਨਿਰਮਲਜੀਤ ਸਿੰਘ ਜੀਆਂ ਦੇ ਨਾਲ। ਨਿਰਮਲਜੀਤ ਸਿੰਘ ਜੀਆਂ ਨੂੰ ਇਸ ਖੇਤ ਦੇ ਮਾਲਕ ਕਹਿ ਲਓ, ਸੇਵਕ ਕਹਿ ਲਓ, ਇੱਕ ਹੀ ਗੱਲ ਹੈ, ਇਹਨਾਂ ਨੇ ਉਸ ਡਿਜ਼ਾਈਨ ਨੂੰ ਜਿਹੜਾ ਕਿ ਮੈਂ ਕਾਗਜ਼ 'ਤੇ ਉਕੇਰਿਆ ਸੀ, ਜ਼ਮੀਨ ਦੇ ਉੱਤੇ ਲਾਗੂ ਕੀਤਾ 21 ਮਰਲੇ ਅੰਮ੍ਰਿਤ ਬਗੀਚੀ ਵਾਲੇ ਮਾਡਲ ਦੇ ਡਿਜ਼ਾਈਨ ਨੂੰ। ਸਰਦੀਆਂ ਦੇ ਵਿੱਚ ਪਹਿਲਾਂ ਇਹਨਾਂ ਨੇ ਇਸ ਮਾਡਲ ਤਹਿਤ ਸਬਜ਼ੀ ਦੀ ਕਾਸ਼ਤ ਕੀਤੀ 21 ਮਰਲੇ ਬਗੀਚੀ ਵਾਲੇ ਮਾਡਲ ਤਹਿਤ, ਅਤੇ ਹੁਣ ਗਰਮੀਆਂ ਦੀ ਜਿਹੜੀ ਸਬਜ਼ੀ ਹੈ ਉਹ ਇਸ ਖੇਤ ਦੇ ਵਿੱਚ ਲਹਿਲਹਾਉਂਦੀ ਪਈ ਹੈ। 7 ਮਰਲੇ ਇਸ ਮਾਡਲ ਦੇ ਵਿੱਚ ਸਾਡੀ ਸਬਜ਼ੀ ਹੁੰਦੀ ਹੈ, 7 ਮਰਲਿਆਂ 'ਚ ਦਾਲ ਹੁੰਦੀ ਹੈ ਅਤੇ 7 ਮਰਲਿਆਂ 'ਚ ਹਰੀ ਖਾਦ ਹੁੰਦੀ ਹੈ। ਆਪਾਂ ਗੱਲ ਕਰਦੇ ਹਾਂ ਨਿਰਮਲਜੀਤ ਜੀਆਂ ਨਾਲ। ਉਸ ਤੋਂ ਪਹਿਲਾਂ ਜਿਹੜੇ ਕਿਸਾਨ ਭਰਾ ਨਵੇਂ ਜੁੜੇ ਆ ਚੈਨਲ ਨਾਲ, ਉਹਨਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਭਰਾਵਾਂ ਤੱਕ ਇਹ ਵੀਡੀਓ ਪਹੁੰਚੇ ਅਤੇ ਉਹ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰਾਂ ਲਈ, ਆਪਣੇ ਖੇਤਾਂ ਦੇ ਵਿੱਚ ਅੰਮ੍ਰਿਤ ਬਗੀਚੀ ਮਾਡਲ ਦੇ ਤਹਿਤ ਜ਼ਹਿਰ ਮੁਕਤ ਸਬਜ਼ੀ ਸਾਰਾ ਸਾਲ ਬੀੜਾਂ ਨਾਗਾ ਪੈਦਾ ਕਰਨ ਦੀ ਅਵਸਥਾ ਦੇ ਵਿੱਚ ਆ ਜਾਣ। ਸੋ ਆਓ ਗੱਲ ਕਰਦੇ ਹਾਂ ਨਿਰਮਲਜੀਤ ਜੀ ਨਾਲ। ਸਤਿ ਸ਼੍ਰੀ ਅਕਾਲ ਭਾਜੀ। ਭਾਅ ਜੀ, ਕਿਵੇਂ ਰਿਹਾ ਤੁਹਾਡਾ ਅੰਮ੍ਰਿਤ ਬਗੀਚੀ ਦਾ ਤਿਆਰ? ਬਹੁਤ ਵਧੀਆ ਜੀ, ਬਹੁਤ ਵਧੀਆ। ਕਿੰਨੀ ਵੈਰਾਈਟੀ ਦੀ ਸਬਜ਼ੀ ਇਸ ਵੇਲੇ ਇਸ ਬਗੀਚੀ ਦੇ ਵਿੱਚ? ਗਰਮੀ ਰੁੱਤ ਦੀ ਸਬਜ਼ੀ ਕੋਈ 26 ਪ੍ਰਕਾਰ ਦੀ ਵੈਰਾਈਟੀ ਇਹਦੇ ਵਿੱਚ ਹੈਗੀ ਜੀ। ਤਾਂ ਕੋਈ 22 ਤੋਂ 26 ਪ੍ਰਕਾਰ? ਹਾਂਜੀ ਹਾਂਜੀ। ਸੋ ਦੋਸਤੋ, 2-4 ਵੈਰਾਈਟੀਆਂ ਘੱਟ ਵੱਧ ਵੀ ਹੋ ਸਕਦੀਆਂ। ਨਹੀਂ, 26 ਗਿਣੀਆਂ ਹੋਈਆਂ ਜੀ। ਗਿਣੀਆਂ? ਹਾਂਜੀ। 26 ਪ੍ਰਕਾਰ ਦੀ ਜਿਹੜੀ ਸਬਜ਼ੀ ਹੈ ਇਸ ਖੇਤ ਦੇ ਵਿੱਚ ਗਰਮੀ ਰੁੱਤ ਦੀ ਲੱਗੀ ਹੋਈ ਹੈ। ਇਹ ਕਿਹੜੀ ਕਿਹੜੀ ਵੈਰਾਈਟੀ ਲੱਗੀ ਹੋਈ ਹੈ ਆਪਾਂ ਦੱਸ ਸਕਦੇ ਹਾਂ? ਵੈਰਾਈਟੀ ਹਾਂਜੀ ਜੀ, 2 ਤਰ੍ਹਾਂ ਦਾ ਤਾਂ ਕਰੇਲਾ ਲੱਗਿਆ ਹੋਇਆ ਜੀ ਜੀ, 2 ਤਰ੍ਹਾਂ ਦਾ ਗਵਾਰਾ ਜੀ ਜੀ, ਤੇ ਭਿੰਡੀ ਲੱਗੀ ਹੋਈ ਹੈ ਜੀ ਜੀ, ਹਰੀ ਮਿਰਚ ਆ ਜੀ ਜੀ, ਤੇ ਯਕੀਨੀ ਕੱਦੂ ਆ ਜੀ, 3 ਤਰ੍ਹਾਂ ਦੇ ਬੈਂਗਣ ਲੱਗੇ ਹੋਏ ਆ ਜੀ, ਗੋਲ ਭੁਰਤੇ ਵਾਲਾ ਬੈਂਗਣ, ਚੂਚਾ ਬੈਂਗਣੀ ਛੋਟੀ, ਤੇ ਲੰਮਾ ਬੈਂਗਣ ਜੀ ਜੀ, ਤੇ ਚੱਪਣ ਕੱਦੂ ਲੱਗੇ ਹੋਏ ਆ ਜੀ, ਬੌਣੇ ਚੌਲੇ ਆ ਜੀ ਜੀ, ਸ਼ਿਮਲਾ ਮਿਰਚ ਆ ਜੀ ਜੀ, ਤੇ ਚੌਲੇ ਦੂਜੇ ਦੇਸੀ ਚੌਲੇ ਵੇਲ ਵਾਲੇ ਹਾਂਜੀ ਜੀ, ਤੇ 2 ਤਰ੍ਹਾਂ ਦਾ ਪੇਠਾ ਜੀ, ਦੇਸੀ ਇੱਕ ਥੋੜਾ ਜਿਹਾ ਲੰਮਾ ਪੇਠਾ ਹੁੰਦਾ, ਇੱਕ ਗੋਲ ਪੇਠਾ ਜੀ ਜੀ ਜੀ, ਤੇ ਤੋਰੀਆਂ ਜੀ ਜੀ, ਤੇ ਅੱਲਾਂ, ਤੇ 2 ਤਰ੍ਹਾਂ ਦੇ ਕੱਦੂ ਆ ਜੀ, ਇੱਕ ਥੋੜਾ ਜਿਹਾ ਹਰਾ ਕੱਦੂ ਹੁੰਦਾ, ਇੱਕ ਗੋਲ ਦੂਜਾ ਕੱਦੂ ਆ ਜੀ ਜੀ, ਹਾਂਜੀ। ਤੇ ਇਹਦੇ ਇਲਾਵਾ ਲੇਟਵੀਆਂ ਵੇਲਾਂ ਵੀ ਲੱਗੀਆਂ? ਹਾਂਜੀ ਹਾਂਜੀ। ਉਹਦੇ ਵਿੱਚ ਕੀ ਕੀ ਆ? ਉਹਦੇ ਵਿੱਚ ਜੀ ਤਰਾਂ ਜੀ, ਖੀਰੇ ਜੀ, ਤੇ ਟਿੰਡੋ ਜੀ, ਖੱਖੜੀ ਤੇ ਖਰਬੂਜਾ ਜੀ, ਤੇ ਇੱਕ ਕਿਆਰੀ ਆ ਉਹ ਚ 5 ਸਾਰੇ ਤਰ੍ਹਾਂ ਦੀ ਇੱਕ ਇੱਕ ਬੇਲ ਹੈਗੀ ਆ ਜੀ ਬੀਜ ਵਾਸਤੇ। ਹਾਂ, ਬੀਜ ਵਾਸਤੇ। ਸੋ ਦੋਸਤੋ, ਇੰਨੇ ਪ੍ਰਕਾਰ ਦੀ ਜਿਹੜੀ ਸਬਜ਼ੀ ਹੈਗੀ ਆ ਨਿਰਮਲਜੀਤ ਜੀਆਂ ਨੇ ਆਪਣੀ 21 ਮਰਲੇ ਅੰਮ੍ਰਿਤ ਬਗੀਚੀ ਦੇ ਵਿੱਚ ਪੈਦਾ ਕੀਤੀ ਹੈ, ਅਤੇ ਸਬਜ਼ੀ ਉਤਰਨੀ ਵੀ ਸ਼ੁਰੂ ਹੋਈ ਆ ਭਾਅ ਜੀ? ਹਾਂਜੀ ਹਾਂ, ਸਬਜ਼ੀ ਉਤਰਨੀ ਸ਼ੁਰੂ ਹੋ ਗਈ, ਜਿਵੇਂ ਯਕੀਨੀ ਪੇਠਾ ਜੀ 10-11 ਕਿਲੋ ਕੱਲ੍ਹ ਤੋੜਿਆ ਜੀ, ਜਿਵੇਂ ਦੂਜੇ ਕੱਦੂ ਆ ਦੇਸੀ ਉਹ ਵੀ ਕੱਲ੍ਹ ਵੀ ਤੋੜੇ ਆ, ਅਤੇ ਪਰਸੋਂ ਵੀ ਸਮਝ ਲਓ ਵੀ ਉਹ 4 ਕਿਲੋ ਕੱਦੂ ਲੈ ਗਏ ਜੀ, ਅਤੇ ਭਿੰਡੀ ਵੀ ਉਤਰੀ ਆ? ਹਾਂ, ਭਿੰਡੀ ਉਤਰੀ ਜੀ ਥੋੜ੍ਹੀ ਜਿਹੀ, ਤਰਾਂ ਵੀ ਉਤਰੀਆਂ? ਹਾਂ, ਤਰਾਂ ਉਤਰੀਆਂ ਜੀ। ਤਾਂ ਤੁਹਾਡੇ ਯਕੀਨੀ ਪੇਠੇ ਦੇ ਕਿੰਨੇ ਆਪਣੇ ਬੂਟੇ ਲੱਗੇ ਹੋਏ ਆ? ਉਹ ਜੀ 16 ਬੂਟੇ ਆ ਜੀ। 16 ਬੂਟੇ ਜੀ। ਤਾਂ 16 ਬੂਟੇ ਯਕੀਨੀ ਜਿਹੜਾ ਪੇਠਾ ਹੈਗਾ, ਲੰਬਾ ਜਿਹਾ ਪੇਠਾ ਹੁੰਦਾ, ਉਹਦੇ ਤੋਂ 10-12 ਕਿਲੋ ਕੱਲ੍ਹ ਪੇਠਾ ਲਿਆ ਯਕੀਨੀ? ਹਾਂਜੀ।
ਸੋ ਦੋਸਤੋ ਇਹਨਾਂ ਨੂੰ ਘਰ ਦੇ ਵਾਸਤੇ ਤਾਂ ਸ਼ਾਇਦ 1.5-2 ਕਿਲੋ ਸਬਜ਼ੀ ਹੀ ਚਾਹੀਦੀ ਹੋਏਗੀ, 2 ਕਿਲੋ ਵੱਧ ਹੁੰਦੀ ਹੈ। ਤੇ ਜਿਹੜਾ ਸਰਪਲਸ ਆ ਉਹਦਾ ਕੀ ਕੀਤਾ ਫਿਰ ਤੁਸੀਂ? ਉਹ ਅਸੀਂ ਬਾਜ਼ਾਰ 'ਚ 4-5 ਦੁਕਾਨਦਾਰ ਲੱਗੇ ਹੋਏ ਆ, ਉਹਨਾਂ ਨੂੰ ਥੋੜ੍ਹੀ ਥੋੜ੍ਹੀ ਸਬਜ਼ੀ ਦੇ ਕੇ ਆਉਂਦੇ ਜੀ। ਤਾਂ ਜਿਹੜੀ 21 ਮਰਲਿਆਂ ਦੇ ਵਿੱਚ ਜਿਹੜੀ ਅਸੀਂ ਬਗੀਚੀ ਲਾਉਂਦੇ ਹਾਂ, ਜਿਹਦੇ 'ਚ 7 ਮਰਲੇ ਸਬਜ਼ੀ ਹੁੰਦੀ ਹੈ, 7 ਮਰਲੇ ਹਰੀ ਖਾਦ ਹੁੰਦੀ ਹੈ, ਅਸੀਂ ਮੂੰਗੀ ਬੀਜੀ ਹੋਈ ਹੈ ਪਿੱਛੇ, ਅਤੇ 7 ਮਰਲਿਆਂ 'ਚ ਦਾਲ ਹੁੰਦੀ ਆ, ਤਾਂ ਉਹਦੇ ਵਿੱਚੋਂ ਜਿਹੜੇ 7 ਮਰਲੇ ਸਬਜ਼ੀ ਵਾਲੇ ਆ, ਉਹਨਾਂ 7 ਮਰਲਿਆਂ 'ਚੋਂ ਇੰਨੀ ਕੁ ਸਬਜ਼ੀ ਪੈਦਾ ਹੁੰਦੀ ਹੈ ਕਿ ਆਪਦੇ ਪਰਿਵਾਰ ਦੀ ਲੋੜ ਪੂਰੀ ਕਰਨ ਤੋਂ ਬਾਅਦ ਵੀ ਜਦੋਂ ਇੱਥੋਂ ਸਬਜ਼ੀ ਉਤਰਨੀ ਸ਼ੁਰੂ ਹੋਏਗੀ ਬਲਕ ਦੇ ਵਿੱਚ, ਤਾਂ ਮੈਨੂੰ ਲੱਗਦਾ ਹੈਗਾ 25-30 ਕਿਲੋ ਸਬਜ਼ੀ ਹਾਂਜੀ ਆਰਾਮ ਨਾਲ ਹਰ ਦੂਜੇ ਤੀਜੇ ਦਿਨ ਹਾਂਜੀ ਇੱਥੋਂ ਸਰਪਲਸ ਪੈਦਾ ਹੋਏਗੀ, ਅਤੇ ਜਿਹਨੂੰ ਵੇਚ ਕੇ ਅਸੀਂ ਜਿਹੜਾ ਹੈਗਾ ਕੁਝ ਪੈਸੇ ਵੀ ਵੱਟ ਸਕਦੇ ਹਾਂ। ਪੈਸੇ ਵੱਟਣੇ ਆ ਤਾਂ ਪੈਸੇ ਵੱਟੋ, ਅਰਥਚਾਰਾ ਮਜ਼ਬੂਤ ਕਰਨਾ ਤਾਂ ਅਰਥਚਾਰਾ ਮਜ਼ਬੂਤ ਕਰੋ, ਜੇ ਭਾਈਚਾਰਾ ਮਜ਼ਬੂਤ ਕਰਨਾ ਆਂਢ ਗੁਆਂਢ ਦੇ ਕੇ ਤਾਂ ਭਾਈਚਾਰਾ ਮਜ਼ਬੂਤ ਕਰੋ। ਇਹਦਾ ਮਤਲਬ ਹੈਗਾ ਵੀ ਜਿਹੜਾ ਆਪਾਂ ਕਾਗਜ਼ ਤੇ ਮਾਡਲ ਬਣਾਇਆ ਸੀ ਉਹ ਜ਼ਮੀਨ ਤੇ ਕਾਮਯਾਬ? ਹਾਂਜੀ ਪੂਰਾ ਹੀ ਵਧੀਆ ਕਾਮਯਾਬ ਜੀ ਤੁਹਾਡੇ ਸਾਹਮਣੇ ਜੀ। ਸੋ ਦੋਸਤੋ ਇਹ ਜਿਹੜੀ ਵੀਡੀਓ ਹੈਗੀ ਹੈ ਇਹ ਇਸ ਲਈ ਬਣਾਈ ਹੈ ਤਾਂ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਮਾਉਣੇ ਹੈ ਉਹ ਤੁਹਾਡੇ ਤੱਕ ਗੱਲ ਪਹੁੰਚਦੀ ਕਰ ਸਕੀਏ। ਅਸੀਂ ਸਿਰਫ ਗੱਲਾਂ ਨਹੀਂ ਕਰਦੇ, ਪਰਮਾਤਮਾ ਦੀ ਕਿਰਪਾ ਸਦਕਾ ਜ਼ਮੀਨ ਦੇ ਉੱਤੇ ਪ੍ਰੈਕਟੀਕਲ ਚੀਜ਼ਾਂ ਵੀ ਖੜੀਆਂ ਕਰਦੇ ਪਏ ਹਾਂ, ਕਰਨੇ ਕਰਾਉਣ ਵਾਲਾ ਉਹ ਆਪ ਹੈ, ਸਾਧਨ ਸਾਨੂੰ ਬਣਾਇਆ ਅਤੇ ਕਿਰਪਾ ਹੈਗੀ ਆ ਪਰਮਾਤਮਾ ਦੀ। ਸਾਡੇ ਕੋਲ ਜਿੰਨੀ ਕੁ ਨੌਲੇਜ ਹੈਗੀ ਆ, ਜਾਣਕਾਰੀ ਹੈਗੀ ਆ, ਅਸੀਂ ਉਹ ਸਾਂਝੀ ਕਰਦੇ ਹਾਂ ਬੇਝਿਜਕ ਖੁੱਲ੍ਹੇ ਮਨ ਨਾਲ, ਅਤੇ ਉਹਦਾ ਲਾਹਾ ਜੇ ਤੁਸੀਂ ਲਾਓਗੇ ਤਾਂ ਤੁਹਾਨੂੰ ਹੀ ਫਾਇਦਾ, ਤੁਹਾਡੇ ਪਰਿਵਾਰਾਂ ਨੂੰ ਫਾਇਦਾ, ਤੁਹਾਡੇ ਬੱਚਿਆਂ ਨੂੰ ਫਾਇਦਾ। 21 ਮਰਲੇ ਅੰਮ੍ਰਿਤ ਬਗੀਚੀ ਬਹੁਤ ਹੀ ਕਾਮਯਾਬ ਮਾਡਲ ਹੈ, ਇਹਦੇ ਵਿੱਚ ਸਾਰਾ ਸਾਲ ਬਿਨਾਂ ਨਾਗਾ ਤੁਸੀਂ ਸਬਜ਼ੀ ਪੈਦਾ ਕਰ ਸਕਦੇ ਹੋ। ਜਿਹੜੇ 7 ਮਰਲਿਆਂ 'ਚ ਇਸ ਵੇਲੇ ਸਬਜ਼ੀ ਲੱਗੀ ਹੋਈ ਹੈ ਇਹ ਸਬਜ਼ੀ ਨਵੰਬਰ ਦਸੰਬਰ ਤੱਕ ਚੱਲਣੀ ਹੈ, ਪਰ ਸਿਆਲਾਂ ਵਾਲੀ ਸਬਜ਼ੀ ਦਾ ਟਾਈਮ ਸਤੰਬਰ ਅਕਤੂਬਰ 'ਚ ਆ ਜਾਂਦਾ, ਤਾਂ ਉਹਨੂੰ ਬੀਜਣ ਲਈ ਇਸ ਮਾਡਲ ਦੇ ਵਿੱਚ ਚੱਲਦੀ ਹੋਈ ਸਬਜ਼ੀ ਪੱਟਣ ਦੀ ਲੋੜ ਨਹੀਂ ਹੈਗੀ ਗਰਮੀਆਂ ਵਾਲੀ। ਜਿਹੜਾ ਹਰੀ ਖਾਦ ਵਾਲਾ ਟੋਟਾ 7 ਮਰਲਿਆਂ ਦਾ ਉਹਨੂੰ ਵਾਹ ਕੇ ਜ਼ਮੀਨ ਤਿਆਰ ਹੋ ਜਾਂਦੀ ਹੈ, ਅਤੇ ਉਹਦੇ ਵਿੱਚ ਸਤੰਬਰ ਐਂਡ ਦੇ ਵਿੱਚ ਹਰੀ ਖਾਦ ਵਾਹ ਕੇ ਅਕਤੂਬਰ ਅੱਧ ਦੇ ਵਿੱਚ ਜਾਂ ਸ਼ੁਰੂ ਦੇ ਵਿੱਚ ਉੱਥੇ ਸਬਜ਼ੀ ਸਰਦੀਆਂ ਵਾਲੀ ਲਗਾ ਦਿੱਤੀ ਜਾਂਦੀ ਹੈ, ਅਤੇ ਉਹ ਸਬਜ਼ੀ ਇਸ ਸਬਜ਼ੀ ਦੇ ਖਤਮ ਹੋਣ ਤੋਂ ਪਹਿਲਾਂ ਉਤਰਨੀ ਸ਼ੁਰੂ ਹੋ ਜਾਂਦੀ ਹੈ, ਅਤੇ ਉਹਦੇ ਕਰਕੇ ਨਾਗਾ ਨਹੀਂ ਪੈਂਦਾ, ਅਤੇ ਸਾਰਾ ਸਾਲ ਬਿਨਾਂ ਨਾਗਾ ਕੋਈ 50 ਤਰ੍ਹਾਂ ਦੀ ਸਬਜ਼ੀ ਅਸੀਂ ਅੰਮ੍ਰਿਤ ਬਗੀਚੀ ਦੇ ਵਿੱਚ ਪੈਦਾ ਕਰ ਸਕਦੇ ਹਾਂ। 26 ਤਰ੍ਹਾਂ ਦੀ ਸਬਜ਼ੀ ਇਸ ਵੇਲੇ ਇੱਥੇ ਮੌਜੂਦ ਹੈ, ਅਤੇ 28-30 ਤਰ੍ਹਾਂ ਦੀ ਸਬਜ਼ੀ ਜਿਹੜੀ ਹੈਗੀ ਆ ਸਰਦੀਆਂ ਵਾਲੀ ਅੰਮ੍ਰਿਤ ਬਗੀਚੀ ਦੇ ਵਿੱਚ ਵੀ 7 ਮਰਲਿਆਂ ਦੇ ਵਿੱਚ ਆਪਾਂ ਪੈਦਾ ਕਰ ਸਕਦੇ ਹਾਂ। ਆਸ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਆਈ ਹੋਏਗੀ ਪਸੰਦ, ਜੇ ਪਸੰਦ ਆਈ ਹੈ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਹੋਰਾਂ ਨੂੰ ਵੀ ਕਰਵਾਇਓ, ਅਤੇ ਜਿਹੜੀ ਜਾਣਕਾਰੀ ਆਪਾਂ ਇੱਥੇ ਸਾਂਝੀ ਕਰਦੇ ਹਾਂ ਉਹਦਾ ਲਾਹਾ ਲਿਆ ਕਰੋ, ਤਾਂ ਹੀ ਫਾਇਦਾ ਇਸ ਚੈਨਲ ਦੇ ਚੱਲਦੇ ਰਹਿਣ ਦਾ ਅਤੇ ਇਸ ਚੈਨਲ ਨੂੰ ਬਣਾਉਣ ਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ।